ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਸਰਬਜੀਤ। ਪੇਂਡੂ ਲਾਇਕਤੀਮਾਨ ਚੈਨਲ 'ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ। ਹੋਰ ਸਾਰੇ ਵਧੀਆ ਠੀਕ ਠਾਕ ਹੋਣਗੇ, ਆਪਣੀ ਆਪਣੀ ਜ਼ਿੰਦਗੀ 'ਚ ਆਨੰਦ ਮਾਣਦੇ ਹੋਣਗੇ। ਅਤੇ ਅੱਜ ਹੈਗੀ ਹੈ ਜੀ 12 ਸਤੰਬਰ, ਅਤੇ ਦਿਨ ਹੈਗਾ ਅੱਜ ਸੋਮਵਾਰ। ਬੱਚੇ ਗਏ ਹੋਏ ਨੇ ਪੜ੍ਹਨ ਸਕੂਲ, ਅਤੇ ਮੈਂ ਬਣਾਉਣ ਜਾ ਰਹੀ ਹਾਂ ਜੀ ਅੱਜ ਕੱਦੂ ਦੀ ਸਬਜ਼ੀ ਦੁੱਧ ਪਾ ਕੇ। ਅਤੇ ਤੁਸੀਂ ਵੀ ਦੱਸਿਓ ਕੱਦੂ ਦੀ ਸਬਜ਼ੀ ਕਿਵੇਂ ਬਣਾਉਂਦੇ ਹੋ ਕਮੈਂਟ ਕਰਕੇ। ਤੇ ਚਲੋ ਜੀ, ਪਹਿਲਾਂ ਕੱਟਦੇ ਆਪਾਂ ਸਬਜ਼ੀ। ਕੱਦੂ ਇਹ ਆਪਾਂ ਲੈ ਕੇ ਆਏ ਸੀ ਵਾਦੀ ਚੋਂ ਤੋੜ ਕੇ, ਤੇ ਘਰ ਦੇ ਕੱਦੂ ਦੀ ਸਬਜ਼ੀ ਆ। ਘਰ ਦੇ ਕੱਦੂ ਦੀ ਸਬਜ਼ੀ ਬਹੁਤ ਵਧੀਆ ਬਣਦੀ ਆ, ਬਹੁਤ ਸਵਾਦਿਸ਼ਟ ਬਣਦੀ ਆ। ਤੇ ਚਲੋ ਜੀ, ਚੀਰਦੇ ਆ ਪਹਿਲਾਂ ਕੱਦੂ। ਪਹਿਲਾਂ ਆਪਾਂ ਕੱਦੂ ਕੱਟ ਲਾਂਦੇ ਆ ਆਪਾਂ ਬਰੀਕ ਬਰੀਕ। ਇਹ ਘਰ ਦਾ ਕੱਦੂ ਆ, ਜੇ ਮੁੱਲ ਦਾ ਕੱਦੂ ਹੁੰਦਾ ਫੇਰ ਨਹੀਂ ਸੀ ਵਧੀਆ ਬਣਨਾ। ਪਹਿਲੀ ਵਾਰ ਉੱਤਰ ਲੱਗੇ ਨੇ ਸਾਡੇ ਘਰ ਦੇ ਕੱਦੂ ਇਹ। ਤੇ ਬਾਕੀ ਜੇ ਆਪਾਂ ਸਬਜ਼ੀ ਦੁੱਧ ਪਾ ਕੇ ਬਣਾਈਏ ਕੱਦੂ ਦੀ, ਤਾਂ ਬਹੁਤ ਜ਼ਿਆਦਾ ਸਵਾਦਿਸ਼ਟ ਹੁੰਦੀ ਆ, ਖਾਣ ਚ ਟੇਸਟ ਹੀ ਬਦਲ ਜਾਂਦਾ। ਕੱਦੂ ਨੂੰ ਆਪਾਂ ਲੰਬੇ ਲੰਬੇ ਪੀਸ ਕਰਕੇ ਕੱਟ ਲਵਾਂਗੇ। ਬੱਚੇ ਤਾਂ ਕਹਿੰਦੇ ਸੀ ਸਬਜ਼ੀ ਹੋਰ ਬਣਾ ਕੇ ਰੱਖੀ ਮੰਮਾ, ਪਰ ਬਾਦੀ ਚ ਉਤਰ ਆਏ ਸੀ ਕੱਦੂ। ਮੈਂ ਕਿਹਾ ਚੱਲ ਅੱਜ ਕੱਦੂ ਬਣਾਉਂਦੇ ਆ, ਬਹੁਤ ਟਾਈਮ ਬਾਅਦ ਬਣਾ ਰਹੇ ਆ ਆਪਾਂ ਕੱਦੂ। ਤੇ ਕੱਦੂ ਬਣਾਉਣ ਲੱਗੇ ਆਪਾਂ ਨੂੰ ਦੇਖਣਾ ਚਾਹੀਦਾ ਵੀ ਇਹ ਕੱਦੂ ਕੱਚਾ ਕਿ ਪੱਕਾ, ਬਾਕੀ ਚੀਰਨ ਲੱਗੇ ਪਤਾ ਲੱਗ ਜਾਂਦਾ। ਕਈ ਤਾਂ ਸਬਜ਼ੀ ਕੱਦੂ ਦੀ ਬਿਨਾਂ ਤੜਕੇ ਤੋਂ ਹੀ ਬਣਾ ਲੈਂਦੇ ਨੇ, ਪਰ ਪਹਿਲਾਂ ਮੈਂ ਬਿਨਾਂ ਤੜਕੇ ਤੋਂ ਬਣਾਉਂਦੀ ਹੁੰਦੀ ਸੀ, ਪਰ ਹੁਣ ਅੱਜ ਮੈਂ ਤੜਕਾ ਲਾ ਕੇ ਬਣਾਉਂਗੀ। ਅਤੇ ਵੈਸੇ ਤਾਂ ਤੜਕੇ ਵਾਲੀ ਸਬਜ਼ੀ ਵੀ ਵਧੀਆ ਬਣ ਜਾਂਦੀ ਹੈ, ਬਿਨਾਂ ਤੜਕੇ ਤੋਂ ਵਧੀਆ ਬਣ ਜਾਂਦੀ ਆ। ਛਿੱਲੜ ਵੱਡੇ ਕੱਦੂ ਦਾ ਜਿਵੇਂ ਪੱਕਿਆ ਹੋਇਆ ਪਿਆ, ਜਿਹੜਾ ਛੋਟਾ ਸੀ ਉਹ ਹਲੇ ਕੱਚਾ ਸੀ ਕੱਦੂ। ਇਹ ਵੀ ਕੱਚਾ, ਵੈਸੇ ਤਾਂ ਦੇਖਣ ਨੂੰ ਕੱਚਾ ਲੱਗਦਾ, ਬਾਕੀ ਚੀਰ ਕੇ ਪਤਾ ਲੱਗੂਗਾ। ਤੇ ਕੱਦੂ ਹੁਣ ਮੈਂ ਵਿਚਾਲੋਂ ਕੱਟ ਕੇ ਨਾ ਇਹਨਾਂ ਦੇ ਵੱਡੇ ਵੱਡੇ ਪੀਸ ਕਰ ਲੂੰਗੀ, ਜਿਹਦੇ ਨਾਲ ਕੱਦੂ ਛੇਤੀ ਕੱਟਿਆ ਜਾਂਦਾ। ਤੇ ਪਤਲੇ ਪਤਲੇ ਪੀਸ ਕਰਕੇ ਫਿਰ ਕੱਦੂ ਦੀ ਕਟਾਈ ਕਰ ਦੂੰ, ਇਹਦੇ ਨਾਲ ਛੇਤੀ ਕੱਦੂ ਕੱਟਿਆ ਜਾਊਗਾ ਅਤੇ ਸਬਜ਼ੀ ਨੂੰ ਵੀ ਕਬੇਲਾ ਹੋਈ ਜਾਂਦਾ, ਅਤੇ ਇਸ ਲਈ ਮੈਂ ਫਟਾਫਟ ਸਬਜ਼ੀ ਚੀਰਦੀ ਹਾਂ। ਅਤੇ ਬਾਕੀ ਜਦੋਂ ਸਬਜ਼ੀ ਚੀਰ ਲਈ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਵੀ ਅਸੀਂ ਤੜਕਾ ਲਾ ਕੇ ਸਬਜ਼ੀ ਕਿਵੇਂ ਬਣਾਉਂਦੇ ਹਾਂ। ਪਹਿਲਾਂ ਕੱਦੂ ਦੀ ਸਬਜ਼ੀ ਨੂੰ ਆਪਾਂ ਜਦੋਂ ਭੁੰਨਦੇ ਸੀ ਕੱਦੂ, ਇੱਕਣੀ ਪਿਆਜ਼ ਸਮੇਤ ਹੀ ਭੁੰਨ ਲਏ ਸੀ ਕੱਦੂ, ਅਤੇ ਫਿਰ ਤੜਕਾ ਲਾ ਲੈਂਦੇ ਸੀ। ਨਾਲ ਹੁੰਦੀ ਇਹਦੇ ਵਿੱਚ ਆਪਾਂ ਪਿਆਜ਼ ਪਾ ਲੈਣੇ ਨੇ, ਤੇ ਤੜਕੇ ਵਾਸਤੇ ਆਪਾਂ ਲਹਿਰਾ ਪਿਆਜ਼ ਚੀਰਨੇ ਨੇ। ਅੱਜ ਲਸਣ ਨਹੀਂ ਪਾਉਂਦੇ ਹੈਗੇ, ਗਰਮੀ ਬਹੁਤ ਜ਼ਿਆਦਾ ਹੈ। ਬੱਚੇ ਕਹਿੰਦੇ ਮੰਮਾ ਲਸਣ ਨਾ ਪਾਇਓ ਸਬਜ਼ੀ 'ਚ, ਮੈਂ ਕਿਹਾ ਚੱਲ ਅੱਜ ਲਸਣ ਨਹੀਂ ਪਾਉਂਦੀ ਹੈਗੀ ਸਬਜ਼ੀ 'ਚ। ਕੱਚਾ ਪਿਆ ਕੱਦੂ ਤਾਂ ਵੈਸੇ ਦੇਖਣ ਨੂੰ ਮੈਨੂੰ ਐਸੀ ਪੱਕਾ ਨਿਕਲੂਗਾ, ਪਰ ਕੱਚਾ ਵਿੱਚੋਂ ਕੱਦੂ। ਬਰੀਕ ਬਰੀਕ ਪੀਸ ਕੱਟਣੇ ਨੇ ਕੱਦੂ ਦੇ, ਜ਼ਿਆਦਾ ਮੋਟਾ ਨਾ ਕੱਟਿਓ, ਫਿਰ ਉਹ ਜਦੋਂ ਸਬਜ਼ੀ ਬਣਾਉਂਦੇ ਆ ਉਹ ਵਿੱਚ ਮੋਟਾ ਜਿਹਾ ਪਿਆ ਕੱਦੂ ਭੈੜਾ ਲੱਗਦਾ, ਵਧੀਆ ਨਹੀਂ ਲੱਗਦਾ ਹੈਗਾ ਜੇ ਮੋਟਾ ਚੀਰਿਆ ਹੋਵੇ। ਵਿੱਚ ਆਪਾਂ ਇਹਦੇ ਚੀਰਨਾ ਲੰਬੇ ਲੰਬੇ ਪਿਆਜ਼, ਕਹੋਗੇ ਬਹਿ ਕੇ ਸਬਜ਼ੀ ਚੀਰਦੀ ਆ, ਪਰ ਕੀ ਕਰੀਏ ਸੈਲਫ ਪਾਉਣ ਵਾਲੀ ਆ, ਸੈਲਫ ਪਵਾਉਂਗੀ ਮੈਂ ਸਰਦਾਰ ਜੀ ਨੂੰ ਕਹਿ ਕੇ। ਇੱਥੇ ਸੈਲਫ ਪਵਾ ਲਾਂਗੇ ਆਪਾਂ ਲੱਕੜ ਦੀ, ਗੈਸ ਫਿਰ ਆਪਾਂ ਉਹਦੇ ਉੱਪਰ ਹੀ ਰੱਖ ਲਿਆ ਕਰਾਂਗੇ। ਲਓ ਜੀ, ਸਬਜ਼ੀ ਤਾਂ ਆਪਾਂ ਨੇ ਲਈ ਚੀਰ, ਆਪਣੀ ਸਬਜ਼ੀ ਚੀਰੀ ਗਈ, ਤੇ ਹੁਣ ਆਪਾਂ ਕੱਟਦੇ ਹਾਂ ਤੜਕਾ ਸਬਜ਼ੀ ਵਾਸਤੇ।
ਆਉਂਦੇ ਨੇ ਟਮਾਟਰ ਨੂੰ ਆਪਾਂ ਸਕਿਪ ਕਰ ਦਾਂਗੇ ਟਮਾਟਰ ਨਾਲ ਖਟਾਸ ਜੀ ਹੋ ਜਾਂਦੀ ਹੈ ਸਬਜ਼ੀ ਚ ਅਸੀਂ ਤਰੀ ਵਾਲੀ ਸਬਜ਼ੀ ਟਮਾਟਰ ਪਾਉਂਦੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ इधर धर लिया आपने तेल कुकर दे विच तेल अपना हो गया गर्म ये पा देने आप जीरा ते नाल पा देने आप प्याज लहसुन प्याज वैसे लहसुन माड़ा जहा पाया बच्चों ने जो पता भी ना लगे इन्ना अपना तड़का भुजगा तो इधर आप धो दे सब्जी तड़कन भुजना इन्हें फिर ये पा देंगे आप लून मिर्च मसाला के नाम पा देंगे कद्दू की सब्जी लो जी तड़का भी गया भुज ये पा देने आप लून मिर्च मसाला भी अपना हो गया रेडी तो हूँ पा देने ये सब्जी कट्टी हुई सब्जी तो दी पा तो हूँ आपू कुकर दो बिसलां बजाणिया ने दो बिसलां बजा के कुकर फिर खोल के सुन दिखावे सब्जी किदां दी बनी है ते बाद जो सब्जी बन गई फिर आप कुकर नीचे उतार के दुध पाउणा इहदे जे आप पहले ही दुध पा के कुकर बंद करांगे फिर अपनी सारी सब्जी फट जूगी दुध नाल मतलब कि जो दुध पाता दुध सब्जी के विच ही फट जूगा इसलिए बाद च पावांगे दुध चलो जी पहले तो कुकर दिने आप कर दें बंद तो फिर तुहानू दिखांदे आ सब्जी किदां दी बणी है लो जी सब्जी तो हो गई अपनी रेडी देखो तुसीं सब्जी तुहानू किदां दी लगेगी ए पा दें आप हूँ दुध कमेंट कर कमेंट करके दस्सो सानू अज दी कद्दू दी सब्जी दी रेसिपी किदां दी लगी ते नाले इदां दस्सो वी किवें बनाउंदे तुसीं सब्जी ते चलो जी फिर अज दी वीडियो आपां करदे इत्थे समाप्त मिलदे आ कल किसे नवीं वीडियो नाल मेरी वीडियो लाइक कर दिया करो सबसक्राइब कर दिया करो ते अगे अगे शेयर कर दिया करो ते नोटिफिकेशन बैल आला बटन जरूर दबाया करो ते चलो जी अज दी वीडियो इत्थे तक सी ते उम्मीद करदी आ तुहानू अज दी वीडियो वधिया लगी होगी ते तद तक लई सारयां नू सत श्री अकाल बाय बाय।